ਸਤਿ ਸ਼੍ਰੀ ਅਕਾਲ ਜੀ ਮੈਂ ਸਿੱਧੂ ਲੈ ਕੇ ਹਾਜ਼ਰ ਹਾਂ ਟਾਪ 20 ਨਿਊਜ਼ ਐਂਡ ਥਿਸ ਬਿਟਨੀ ਸਪੌਂਸਰਡ ਬਾਈ ਤੋਬਾ ਸਵੀਟਸ ਐਂਡ ਰੈਸਟੋਰੈਂਟਸ ਇਨ ਐਕੀਨੌਕਸ ਲੋਜਿਸਟਿਕਸ ਹੈਲੀਫੈਕਸ ਵਾਲਮਾਰਟ ਵਿੱਚੋਂ ਲੜਕੀ ਦੀ ਮੌਤ ਦਾ ਮਾਮਲਾ ਹੈਲੀਫੈਕਸ ਵਾਲਮਾਰਟ ਸਟੋਰ ਵਿੱਚੋਂ ਪਿਛਲੇ ਮਹੀਨੇ 19 ਸਾਲਾ ਕਰਮਚਾਰੀ ਵਾਕ ਇਨ oven ਵਿੱਚੋਂ ਮ੍ਰਿਤਕ ਮਿਲੀ ਸੀ ਐਰੀ ਮਾਰਟ ਲਿੰਗ ਦੇ ਚਲਦੇ ਇਹ ਸਟੋਰ ਕਈ ਹਫ਼ਤਿਆਂ ਤੱਕ ਬੰਦ ਰਹੇਗਾ 1 ਨਵੰਬਰ ਨੂੰ ਮੰਮਫੋਰਡ ਰੋਡ ਸਟੋਰ ਦੇ ਬੇકરી ਡਿਪਾਰਟਮੈਂਟ ਵਿੱਚ ਗੁਰਸਿਮਰਨ ਕਾਰਮੇਤ ਤੱਕ ਪਾਈ ਗਈ ਸੀ ਇੱਕ ਮਹੀਨੇ ਦੀ ਜਾਂਚ ਤੋਂ ਬਾਅਦ ਹੈਲੀਫੈਕਸ ਰੀਜਨਲ ਪੁਲਿਸ ਨੇ ਪਿਛਲੇ ਹਫਤੇ ਕਿਹਾ ਕਿ ਉਹਨਾਂ ਨੇ ਪਾਇਆ ਕਿ ਉਹਨਾਂ ਦੀ ਮਾਤਸ਼ੱਕੀ ਨਹੀਂ ਸੀ ਤੇ ਕਿਸੇ ਗੜਬੜੀ ਦਾ ਸਬੂਤ ਨਹੀਂ ਮਿਲਿਆ। ਦੋ ਕਿਸ਼ਤੀਆਂ ਪਲਟਣ ਕਾਰਨ 24 ਲੋਕਾਂ ਦੀ ਮਾਤ ਹਿੰਦ ਮਹਾਸਾਗਰ ਵਿੱਚੋਂ ਮੈਡਾਗਾਸਕਰ ਦੇ ਟੱਟ ਤੇ ਦੋ ਕਿਸ਼ਤੀਆਂ ਦੇ ਪਲਟਣ ਨਾਲ 24 ਲੋਕਾਂ ਦੀ ਮਾਤ ਹੋ ਗਈ ਹੈ 소말리아 ਸਰਕਾਰ ਨੇ ਜਾਣਕਾਰੀ ਦਿੱਤੀ ਹੈ 소말리아 ਦੇ ਵਿਦੇਸ਼ ਮੰਤਰੀ ਅਹਿਮਦ ਮੁਅਲਿਮ ਮੁਫਕੀ ਨੇ ਕਿਹਾ ਹੈ ਕਿ 40 ਲੋਕਾਂ ਨੂੰ ਬਚਾਇਆ ਗਿਆ ਜਿਆਦਾਤਰ ਯਾਤਰੀ 소말리아 ਦੇ ਨੌਜਵਾਨ ਹੈ ਇਥੋਪੀਆ ਚੋਂ 소말리아 ਦੇ ਰਾਜਦੂਤੀ ਇਕਾਈ ਵਿੱਚ ਇੱਕ ਵਫਦ ਘਟਨਾ ਦੀ ਜਾਂਚ ਲਈ ਮੈਡਾਗਾਸਕਰ ਜਾਵੇਗਾ ਸੂडान 'ਚ ਫੌਜੀ ਹਮਲਾ 15 ਲੋਕਾਂ ਦੀ ਮੌਤ ਪੱਛਮੀ ਸੂडान ਵਿੱਚ ਅਰਧ ਸੈਨਿਕ ਰੈਪਿਡ ਸਪੋਰਟ ਫੋਰਸੇਸ ਦੇ ਤੋਪਖਾਨੇ ਦੇ ਹਮਲੇ 'ਚ ਘੱਟੋ ਘੱਟ 15 ਨਾਗਰਿਕ ਮਾਰੇ ਗਏ ਤੇ 20 ਨੇ ਜ਼ਖਮੀ ਹੋ ਗਏ ਹੈ ਡਿਵੀਜ਼ਨ ਨੇ ਇੱਕ ਬਿਆਨ 'ਚ ਕਿਹਾ ਹੈ ਕਿ ਆਰਐਸਐਫ ਮਲੇਸ਼ੀਆ ਨੇ ਉੱਤਰੀ ਦਾਰਫੋਰ ਰਾਜ ਦੀ ਰਾਸਨਾਨੀ ਹਲਫਾਸ਼ੋ ਦੇ ਨਾਇਵਾਸ਼ਾ ਬਾਜ਼ਾਰ ਤੇ ਸ਼ਾਮ ਨੂੰ ਤਿੰਨ ਹਵਿਜ਼ਰ ਤੋਪਖਾਨੇ ਦੇ ਗੋਲਿਆਂ ਨਾਲ ਹਮਲਾ ਕੀਤਾ ਹੈ ਆਸਟ੍ਰੇਲੀਆ ਦੇ ਸਿੱਖ ਮੋਟਰਸਾਈਕਲ ਕਲੱਬਾਂ ਵੱਲੋਂ ਹੈਲਮਟ ਤੋਂ ਛੋਟ ਤੇ ਗੱਡੀ ਜਾਗਰੂਕਤਾ ਰੈਲੀ ਆਸਟ੍ਰੇਲੀਆ ਵਿੱਚੋਂ ਕਾਫੀ ਸਮੇਂ ਤੋਂ ਸਿੱਖ ਮੋਟਰਸਾਈਕਲ ਚਾਲਕਾਂ ਵੱਲੋਂ ਹੈਲਮਟ ਤੋਂ ਛੋਟ ਨੂੰ ਲੈ ਕੇ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ ਜਿਦੇ ਕਾਰਨ ਬੀਤੇ ਦਿਨੀ ਮਲਬੌਰ ਵਿਖੇ ਦਸਤਾੜੀ ਮੋਟਰਸਾਈਕਲ ਚਾਲਕਾਂ ਵੱਲੋਂ ਹੈਲਮਟ ਤੋਂ ਛੋਟ ਤੇ ਪੁਰਸ਼ਾਂ ਦੀ ਮਾਨਸਿਕ ਸਿਹਤ ਨੂੰ ਲੈ ਕੇ ਇੱਕ ਮੋਟਰਸਾਈਕਲ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ ਜਿਦੇ ਚ ਸਿੱਖ ਮੋਟਰਸਾਈਕਲ ਕਲੱਬ ਆਸਟ੍ਰੇਲੀਆ ਦੇ ਸਿੰਗਜ਼ ਸੋਸ਼ਲ ਮੋਟਰ ਸਾਈਕਲ ਕਲੱਬ ਆਸਟ੍ਰੇਲੀਆ ਜੋ ਇਸ ਰੈਲੀ ਚ ਭਾਗ ਲੈ ਲਈ ਸਿडनी ਤੋਂ ਵਿਸ਼ੇਸ਼ ਰੂਪ ਚ ਪੁੱਜੇ ਸੀ ਨੀ ਸੰਜੋਤਾਰ ਇਸ ਰੈਲੀ ਚ ਸ਼ਿਰਕਤ ਕੀਤੀ ਹੈ ਪੀਜੀਆਈ ਅਗਵਨੀ इमरान खान ਨਾਲ ਕੀਤੀ ਮੁਲਾਕਾਤ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ইমরান ਖਾਨ ਦੀ ਪਾਰਟੀ ਪਾਕਿਸਤਾਨ ਦੇ ਇਨਸਾਫ ਦੇ ਨੇਤਾਵਾਂ ਨੇ ਉੱਚ ਸੁਰੱਖਿਆ ਵਾਲੀ ਡਿਆਲਾ ਜੇਲ੍ਹ ਵਿੱਚ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਜਦੋਂ ਕਿ ਪਾਰਟੀ ਦੀ ਕਾਫਲੇ ਨੇ اسلامਾਬਾਦ ਵੱਲ ਆਪਣੀ ਯਾਤਰਾ ਜਾਰੀ ਰੱਖੀ ਹੈ ਖਾਨ ਪਿਛਲੇ ਸਾਲ ਤੋਂ 라ਵਲਪਿੰਡੀ ਦੀ ਡਿਆਲਾ ਜੇਲ੍ਹ ਚ ਬੰ데요 ਤੇ ਉਸ ਦੀ ਪਾਰਟੀ ਅਨੁਸਾਰ ਉਸ ਖਿਲਾਫ ਦੋਸਤੋ ਤਵੱਦ ਕੇ ਇਸ ਦਰਜ ਹੈ ਬੰਗਲਾਦੇਸ਼ ਤੋਂ ਚਿੰਮੀਆ ਕ੍ਰਿਸ਼ਨਦਾਸ ਪ੍ਰਭੂ ਗ੍ਰਫਤਾਰ ਹਿੰਦੂਆਂ ਦੇ ਹੱਕ 'ਚ ਕੱਢੀ ਸੀ ਰੈਲੀ ਹਿੰਦੂ ਨੇਤਾ ਤੇ ਇਸਕੌਮ ਦੇ ਮੈਂਬਰ ਚਿੰਮੀਆ ਕ੍ਰਿਸ਼ਨਦਾਸ ਪ੍ਰਭੂ ਨੂੰ ਬੰਗਲਾਦੇਸ਼ ਸਰਸ ਕਾਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਉਸ ਨੂੰ ਦੇਸ਼ ਤ੍ਰੋ ਦੇ ਫਰਜੀ ਕੇਸ ਵਿੱਚ ਟਾਕਾ ਰਿਪੋਰਟ ਤੋਂ ਗ੍ਰਫਤਾਰ ਕੀਤਾ ਹੈ ਜਾਣਕਾਰੀ ਲਈ ਦੱਸਦੀ ਹੈ ਕਿ ਪੁਲਿਸ ਉਸ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਨਹੀਂ ਦੇਣਾ ਚਾਹੁੰਦੀ ਸੀ ਚਿੰਮੀਆ ਪ੍ਰਭੂ ਬੰਗਲਾਦੇਸ਼ 'ਚ ਹਿੰਦੂਆਂ ਵਿਰੋਧ ਹਿੰਸਾ ਦਾ ਲਗਾਤਾਰ ਵਿਰੋਧ ਕਰ ਰਿਹਾ ਹੈ ਤੇ ਹਾਲੀ ਵਿੱਚ ਹਿੰਦੂ ਵਾਦੇ ਸਮਰਥਨ ਚ ਇੱਕ ਰੈਲੀ ਵੀ ਕੱਢੀ ਗਈ ਸੀ ਰਾਸ਼ਟਰਪਤੀ ਬੰਦਿਆ ਹੀ ਵੱਡੇ ਬਦਲਾਅ ਦੀ ਤਿਆਰੀ ਚ ਟੰਪ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਨਾਟ ਚੌਮ ਨੇ ਮੈਰੀਕਾ ਵਿੱਚੋਂ ਐਲਜੀਬੀਟੀਕਯੂਆਈਏ ਪਲਸ ਪਾਈ ਚਾਰੇ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ ਉਹ ਕਥਿਤ ਆਰਟੀਕਲ ਅਧਕਾਰੀ ਆਦੇਸ਼ ਦੀ ਯੋਜਨਾ ਬਣਾ ਰਿਹਾ ਜਿਸ ਤੇ ਸਾਰੇ ਟ੍ਰਾਂਸ ਜੈਂਡਰ ਮੈਂਬਰਾਂ ਨੂੰ ਅਮਰੀਕੀ ਫੌਜ ਤੋਂ ਹਟਾ ਦਿੱਤਾ ਜਾਵੇਗਾ ਰਿਪੋਰਟ ਦੇ ਅਨਸਾਰ ਟ੍ਰਾਂਸ ਜੈਂਡਰਾਂ ਨੂੰ ਡਾਕਟਰੀ ਤੌਰ ਤੇ ਛੁੱਟੀ ਦੇ ਦਿੱਤੀ ਜਾਵੇਗੀ ਜਿਸ ਦਾ ਮਤਲਬ ਹੈ ਕਿ ਉਹ ਸੇਵਾ ਕਰਨ ਲਈ ਯੋਗ ਨਹੀਂਗੇ ਇਮਰਾਨ ਨੂੰ ਛਡਵਾਉਣ ਲਈ اسلامਾਬਾਦ ਪੁੱਜੇ ਹਮਾਇਤੀ ਜੇਲ੍ਹਚਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਉਹਨਾਂ ਦੇ ਹਮਾਇਤੀਆਂ ਨੇ ਰਾਜਧਾਨੀ اسلامਾਬਾਦ ਵੱਲ ਕੂਚ ਕਰ ਦਿੱਤਾ ਅਤੇ ਕੁਝ ਵਰਕਰ ਪਹਿਲਾਂ ਹੀ اسلامਾਬਾਦ ਪੁੱਜ ਚੁੱਕੇ ਹੈ ਇਮਰਾਨ ਦੀ ਪਾਰਟੀ ਪਾਕਿਸਤਾਨ ਤਰੀਕ ਇਨਸਾਫ ਦੇ ਹਮਾਇਤੀਆਂ ਨੂੰ اسلامਾਬਾਦ ਵਿੱਚ ਆਉਣ ਤੋਂ ਰੋਕਣ ਲਈ ਪੁਲਿਸ ਨੇ ਪਾਰੀ ਨਾਕਾ ਬੰਦੀ ਕਰਕੇ ਇਮਰਾਨ ਖਾਨ ਨੇ 13 ਨਵੰਬਰ ਨੂੰ ਆਪਣੇ ਹਮਾਇਤੀਆਂ ਨੂੰ 24 ਨਵੰਬਰ ਨੂੰ اسلامਾਬਾਦ ਕੂਚ ਕਰਨ ਦਾ ਸੰਦਾ ਦਿੱਤਾ ਸੀ ਭਾਰਤ ਆਸਟ੍ਰੇਲੀਆ 'ਚ ਵੱਡੀ ਜਿੱਤਾਂ ਕਪਤਾਨ ਜਸਪ੍ਰੀਤ ਬੁਮਰਾ ਅਤੇ ਮੁਹੰਮਦ ਸਿਰਾਜ ਦੀ ਤੂਫਾਨੀ ਕਿੰਗਾਜੀ ਦੀ ਬਤਾਲ ਭਾਰਤ ਨੇ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਚੌਥੇ ਦਿਨ ਆਸਟ੍ਰੇਲੀਆ ਨੂੰ 295 ਦੌੜਾਂ ਨਾਲ ਹਰਾ ਕੇ ਇਸ ਮੁਲਕ ਦੀ ਸਜ਼ਮੀਨ ਉਤੇ ਆਪਣੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਹੈ ਇਹਦੇ ਨਾਲ ਹੀ ਮਹਿਮਾਨ ਟੀਮ ਨੇ ਪੰਜ ਮੈਚਾਂ ਦੀ ਲੜੀ 'ਚ 1-0 ਦੀ ਲੀਡ ਬਣਾ ਲਈ ਹੈ ਇਸ ਜਿੱਤ ਨਾਲ ਭਾਰਤ ਇੱਕ ਵਾਰ ਫਿਰ ਵਿਸ਼ਵ ਟੈਸਟ ਜੈਂਪਨਸ਼ਿਪ ਸੂਚੀ ਦੀ ਚੋਟੀ 'ਤੇ ਪਹੁੰਚ ਗਿਆ ਹੈ ਇਮਫਾਲ ਪੂਬੀ ਵਿੱਚੋਂ ਆਪਸਪਾਹ ਖਿਲਾਫ ਰੈਲੀ ਮਨੀਪੁਰ ਦੇ ਇਮਫਾਲ ਪੂਬੀ ਜ਼ਿਲ੍ਹੇ ਵਿੱਚੋਂ ਵੱਡੀ ਗਿਣਤੀ ਆਰਟਾਨੀ ਕਰਫਿਊ ਦੇ ਹੁਕਮਾਂ ਦੀ ਲੰਘਣਾ ਕਰਦੇ ਸੂਬੇ ਚੋਂ ਆਰਮਡ ਫੋਰਸ ਸਪੈਸ਼ਲ ਪਾਵਰ ਐਕ ਐਕਟਰ 1958 ਹਟਾਉਣ ਦੀ ਮੰਗ ਨੂੰ ਲੈ ਕੇ ਰੈਲੀ ਕੀਤੀ ਹੈ ਇਮਫਾਲ ਈਸਟ ਚਿਲੀ ਦੀਆਂ ਸੜਕ ਜਥੇਬੰਦੀਆਂ ਤੇ ਮੀਰਾ ਪਾਈਬੀ ਦੀ ਅਗਵਾਈ ਹੇਠ ਕੀਤੀ ਗਈ ਰੈਲੀ ਚਾਰਤਾਨੀ ਸੂਬੇ ਚੋ ਅਫਸਰਾਂ ਹਟਾਉਣ ਸਖਤ ਨੂੰ ਲਾਗੂ ਕਰਨੇ ਬੰਦ ਕਰਨ ਤਿਆਰਤਾ ਦੇ ਬੱਚਿਆਂ ਦੀ ਹੱਤਿਆ ਬੰਦ ਕਰਨ ਸੰਬੰਧੀ ਨਾਰੇ ਲਗਾਏ ਹੈ ਸੰਸਦੀ ਸਦਰੋਤੀ ਜਲਾਸ ਦੀ ਸ਼ੁਰੂਆਤ ਦੋਵੇਂ ਸਦਨਾਂ ਦੀ ਕਾਰਵਾਈ ਮਿਲਤਵੀ ਸੰਸਦੀ ਸਦਰੋਤੀ ਜਲਾਸ ਦਾ ਆਗਾਜ਼ ਹੰਗਾਮਾ ਭਰਪੂਰ ਹੈ ਜਿਸ ਦੇ ਕਾਰਨ ਦੋਵੇਂ ਸਦਨਾਂ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਕੋਈ ਖਾਸ ਕੰਮਕਾਰ ਕੀਤੇ ਬਿਨਾ ਸਵੇਰ ਤੱਕ ਲਈ ਉਠਾ ਦਿੱਤੀ ਗਈ ਵਿਰੋਧੀ ਧਿਰ ਨੇ ਦੋਵੇਂ ਸਦਨਾਂ ਚ ਨੋਟਿਸ ਦੇ ਕੇ ਮੰਗ ਕੀਤੀ ਸੀ ਕਿ ਅਡਾਨੀ ਰਿਸ਼ਵਤਖੋਰੀ ਮਾਮਲੇ 'ਚ ਅਤੇ ਯੂਪੀ ਦੇ ਸੰਭਾਲ ਤੇ ਮਨੀਪੁਰ ਹਿੰਸਾ ਨੂੰ ਲੈ ਕੇ ਚਰਚਾ ਕਰਵਾਈ ਜਾਵੇ ਪਰ ਨੋਟਿਸਾਂ ਨੂੰ ਰੱਦ ਕਰ ਦਿੱਤਾ ਗਿਆ ਜਿਸ ਦੇ ਕਾਰਨ ਰੌਲਾ ਰੱਪਾ ਪਿਆ ਸੰਵਿਧਾਨ ਸਭਾ ਵੱਲੋਂ ਸੰਵਿਧਾਨ અપનાਏ ਜਾਣ ਦੀ 75ਵੀਂ ਵਰੇਗੰਢ ਦੇ ਸਾਲ ਭਰ ਚੱਲਣ ਵਾਲੇ ਜਸ਼ਨਾਂ ਸੰਬੰਧੀ ਸੰਸਦ ਦੇ ਕੇਂਦਰੀ ਹਾਲ ਚ ਪਲਕੇ ਵਿਸ਼ੇਸ਼ ਪ੍ਰੋਗਰਾਮ ਹੋਵੇਗਾ ਜੀ ਦਾ ਕਾਰਨ ਸੰਸਦ ਦੇ ਦੋਵੇਂ ਸਦਨ ਭਲਕੇ ਨਹੀਂ ਜੁੜਨਗੇ ਕੇਂਦਰ ਨੇ ਦਿੱਲੀ ਐਨਸੀਆਰ ਦੇ ਸਕੂਲਾਂ ਨੂੰ 12ਵੀਂ ਜਮਾਤ ਤੱਕ ਦੀਆਂ ਜਮਾਤਾਂ ਹਾਈਬ੍ਰਿਡ ਮੋਡ ਚਲਾਉਣ ਲਈ ਕਿਹਾ ਸਪਰੀਮ ਕੋਰਟ ਵੱਲੋਂ ਹਵਾ ਪ੍ਰਦੂਸ਼ਣ ਕਾਰਨ ਸਕੂਲ ਖੋਲ੍ਹ ਲਈ ਵਿਚਾਰ ਕਰਨ ਦੇ ਨਿਰਦੇਸ਼ਾਂ ਤੋਂ ਬਾਅਦ ਕੇਂਦਰ ਦੇ ਹਵਾ ਗੁਣਵੱਤਾ ਪੈਨਲ ਨੇ ਦਿੱਲੀ ਐਨਸੀਆਰ ਦੇ ਸਕੂਲਾਂ ਤੇ ਕਾਲਜਾਂ ਨੂੰ 12ਵੀਂ ਤੱਕ ਦੀਆਂ ਕਲਾਸਾਂ ਨੂੰ ਹਾਈਬ੍ਰਿਡ ਢੰਗ ਨਾਲ ਲਵਾਉਣ ਦੇ ਨਿਰਦੇਸ਼ ਦਿੱਤੇ ਆ ਇਨ੍ਹਾਂ ਖੇਤਰਾਂ ਵਿੱਚ ਨਵੰਬਰ ਤੋਂ ਜਨਵਰੀ ਤੱਕ ਪ੍ਰਦੂਸ਼ਣ ਦਾ ਪੱਧਰ ਜ਼ਿਆਦਾ ਹੁੰਦਾ ਇਸ ਕਰਕੇ ਸਕੂਲਾਂ ਨੂੰ ਕਿਹਾ ਗਿਆ ਕਿ ਹਾਈਬ੍ਰਿਡ ਪ੍ਰਣਾਲੀ ਨਾਲ ਹੀ ਬੱਚਾ ਨੂੰ ਪੜਾਉਣ ਸੁਗਵੀ ਸਿੰਘ ਬਾਦਲ ਤੇ ਹੋਰ ਆਗੂਆਂ ਨੂੰ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਹੈ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਮਾਮਲੇ ਵਿੱਚ ਅਗਲੀ ਰੀ ਕਾਰਵਾਈ ਤਹਿ ਸੁਗਵੀ ਸਿੰਘ ਬਾਦਲ ਤੇ ਹੋਰ ਆਗੂ ਨੂੰ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਹੈ ਇਹਨਾਂ ਇਸ ਸਬੰਧੀ ਜ਼ਰੂਰੀ ਵਿਚਾਰ ਵਟਾਂਦਰਾ ਕਰਨ ਵਾਸਤੇ 2 ਦਸੰਬਰ ਸੋਮਵਾਰ ਨੂੰ ਬਾਅਦ ਦੁਪਹਿਰ 1 ਵਜੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਜੂ ਸਿੰਘ ਸਹਿਬਾਨ ਦੀ ਕਟਤਾ ਬੁਲਾਈ ਗਈ ਹੈ ਜਗਜੀਤ ਸਿੰਘ ਡਲੇਬਾਲ ਖਨੋਰੀ ਬਾਰਡਰ ਤੇ ਸ਼ੁਰੂ ਕਰਨੀਏ ਮਰਨਵਾਤਾ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਪੂਰੀਆਂ ਹੋਂ ਤੱਕ ਮਰਨ ਵਰਤ ਜਾਰੀ ਰੱਖਣ ਦਾ ਐਲਾਨ ਅਦਰ ਕਿਸਾਨ ਆਗੂ ਦੀ ਹਮਾਇਤ ਵਿੱਚ ਵੱਡੀ ਗਿਣਤੀ ਚ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੇ ਖਨੋਰੀ ਬਾਰਡਰ ਵੱਲ ਚਾਲੇ ਪਾ ਦਿੱਤੀ ਹੈ ਸਿੱਖਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਦੇ ਬਾਰਡਰ ਤੇ ਪਿਛਲੇ 9.5 ਮਹੀਨਿਆਂ ਤੋਂ ਪੱਕਾ ਮੋਰਚਾ ਲਾਇਆ ਹੋਇਆ ਹੈ ਬੇਰੁਜ਼ਗਾਰਾਂ ਨੇ ਡੀਪੀਆਈ ਦਫ਼ਤਰ ਘੇਰਿਆ ਸਰਕਾਰ ਖਿਲਾਫ ਨਾਰੀਵਾਚੀ ਪੰਜਾਬ ਚ ਲੰਬੇ ਸਮੇਂ ਤੋਂ ਜੁਆਇਨਿੰਗ ਦੀ ਮੰਗ ਕਰ ਰਹੇ ਈਟੀਟੀ ਕਾਰਡ 5994 ਯੂਨੀਅਨ ਅਤੇ 2354 ਯੂਨੀਅਨ ਨੇ ਸਾਂਝੇ ਤਾਤੀ ਜੀਪੀਆਈ ਦਫ਼ਤਰ ਦਾ ਕਿਰਾਉ ਕੀਤਾ ਹੈ ਜ਼ਰਾਨ ਬੇਰੁਜ਼ਗਾਰ ਅਧਿਆਪਕਾਂ ਨੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦਾ ਵਿੱਦਿਅਪਾ ਕਰਦਿਆ ਹੁਕਮਰਾਨਾ ਅਤੇ ਸਿੱਖਿਆ ਅਧਿਕਾਰੀਆਂ ਖਿਲਾਫ ਜ਼ੋਰਦਾਰ ਨਾਰੀ ਪਾਚੀ ਕੀਤੀ ਹੈ ਜਾਣਕਾਰੀ ਲਈ ਦੱਸਦੀ ਕਿ ਪੰਜਾਬ ਭਰ ਚੋਂ ਬੇਰੁਜ਼ਗਾਰ ਅਧਿਆਪਕ ਸਵੇਰੇ 10 ਵਜੇ ਇਤਿਹਾਸਿਕ ਗੁਰਦੁਆਰਾ ਅੰਬਸਾਹਬ ਮੁਹਾਲੀ ਦੇ ਬਾਹਰ ਪਹੁੰਚਨੇ ਸ਼ੁਰੂ ਹੋਏ ਤੇ ਦੁਪਹਿਰ ਤੱਕ ਵੱਡਾ ਇਕੱਠ ਹੋਇਆ ਪਹਿਲਾ ਬੇਰੁਜ਼ਗਾਰ ਅਧਿਆਪਕਾਂ ਨੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਆਪਣੀਆਂ ਮੰਗਾਂ ਬਾਰੇ ਵਿਚਾਰ ਚਰਚਾ ਕੀਤੀ ਹੈ ਆਪ ਵੱਲੋਂ ਸ਼ੁਕਰਾਨਾ ਯਾਤਰਾ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਜਿਮਨੀ ਚੋਣਾ ਵਿੱਚ ਤਿੰਨ ਸੀਟਾਂ ਤੇ ਮਿਲੀ ਵੱਡੀ ਜਿੱਤ 'ਤੇ ਸੂਬੇ 'ਚ ਪਾਰਟੀ ਨੂੰ ਨਵਾਂ ਪ੍ਰਧਾਨ ਤੇ ਕਾਰਜਕਾਰੀ ਪ੍ਰਧਾਨ ਮਿਲਣ ਤੇ 26 ਨਵੰਬਰ ਨੂੰ ਪੰਜਾਬ ਭਰ 'ਚ ਸ਼ੁਕਰਾਨਾ ਯਾਤਰਾ ਕੀਤੀ ਜਾਵੇਗੀ ਇਹ ਯਾਤਰਾ ਪਟਿਆਲਾ ਦੇ ਕਾਲੀ ਮਾਤਾ ਮੰਦਰ ਤੋਂ ਸ਼ੁਰੂ ਹੋ ਕੇ ਅੰਮ੍ਰਿਤਸਰ ਸਥਿਤ ਦਰਬਾਰ ਸਾਹਿਬ ਤੇ ਦੁਰਗਿਆਣਾ ਮੰਦਰ ਤੋਂ ਹੁੰਦੇ ਹੋਏ ਸ਼੍ਰੀ ਰਾਮ ਧੀਠ ਮੰਦਰ ਵਿਖੇ ਸਮਾਪਤ ਹੋਵੇਗੀ यूथ कांग्रेस वालों केंद्र सरकार खिलाफ मुजारा भारतीय यूथ कांग्रेस के नौजवान ने नौकरियां बचाओ अडानी नहीं ने नारे लगा के केंद्र सरकार अडानी विरोधी दोस्ताना सरकार करार देके प्रदर्शन किया ਰਾਸ਼ਟਰੀ ਪ੍ਰਦਾਨ ਉਦੇਪਾਨੂ ਚੇਪਦੀ ਅਗਵਾਈ ਹੇਠ ਦੇਸ਼ ਭਰ ਦੇ ਯੂਥ ਕਾਂਗਰਸ ਵਰਕਰਾਂ ਨੇ ਜੰਤਰ ਮントਰ ਤੇ ਰੋਸ ਪ੍ਰਦਰਸ਼ਨ ਕੀਤਾ ਇਸ ਪ੍ਰਦਰਸ਼ਨ ਦੌਰਾਨ ਦੇਸ਼ ਭਰ ਤੋਂ ਯੂਥ ਕਾਂਗਰਸ ਦੇ ਚੇਪਦੀ ਅਗਵਾਈ ਹੇਠ ਜੰਤਰ ਮントਰ ਵਿਖੇ ਇਕੱਠੇ ਹੋਏ ਤੇ ਫਿਰ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਸੰਸਦ ਵਾਲ ਵਦੇ ਹੈ ਜਿੱਥੇ ਦਿੱਲੀ ਪੁਲਿਸ ਨੇ ਯੂਥ ਕਾਂਗਰਸ ਦੇ ਕਈ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਜਾਖੜ ਤੋਂ ਬਗੈਰ ਹੋਈ ਭਾਜਪਾ ਦੀ ਸੂਬਾ ਪਧਰੀ ਮੀਟਿੰਗ ਭਾਜਪਾ ਦੀ ਸੂਬਾ ਪਧਰੀ ਮੀਟਿੰਗ ਹੋਈ ਹੈ ਮੀਟਿੰਗ 'ਚ ਪੰਜਾਬ ਭਾਰਤੋਂ ਕਈ ਸੀਨੀਅਰ ਆਗੂ ਸ਼ਾਮਿਲ ਹੋਏ ਆ ਪਰ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨਹੀਂ ਪਹੁੰਚੇ ਮੀਟਿੰਗ ਦੀ ਕਾਰਵਾਈ ਸੂਬਾ ਪ੍ਰਧਾਨ ਤੋਂ ਬਗੈਰ ਹੀ ਚੱਲੀ ਹੈ ਜ਼ਿਕਰਯੋਗ ਹੈ ਕਿ ਕੁਝ ਦਿਨਾਂ ਤੋਂ ਪੰਜਾਬ ਪ੍ਰਧਾਨ ਤੇ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਵਿਚਾਰੀ ਚੱਲ ਰਹੀ ਕਿ ਜੋ ਤਾਲ ਦਰਮਿਆਨ ਮੀਟਿੰਗ ਜਾਖੜ ਤੋਂ ਬਿਨਾ ਹੋਈ ਜਿਦੇ ਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਆਜਪਾ ਦੇ ਇੰਚਾਰਜ ਵਿਜੇ ਰupani ਸਮੇਤ ਕਿਸਨਿ ਰਾ ਕੁ ਮਜੂਦ ਰਹੀ ਹੈ ਮੁੱਖ ਮੰਤਰੀ ਨੇ 1311 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੀਚੇਗੋੜ ਥੀਟਰ ਵਿੱਚੋਂ ਪੀਐਸਪੀਸੀਐਲ ਵਿੱਚ ਨਵਨਿਯੁਕਤ 1311 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਇਸ ਮੌਕੇ ਨੇ ਕਿਹਾ ਕਿ ਪ੍ਰਾਣੀ ਸਰਕਾਰਾਂ ਨੇ ਅੱਜ ਤੱਕ ਪੰਜਾਬ ਵਿੱਚ ਸਰਕਾਰੀ ਜ਼ਮੀਨਾਂ ਨੂੰ ਆਪਣੀ ਚਾਹੇਤਿਆਂ ਨੂੰ ਕਾਡੀਆਂ ਦੇ ਪਾ ਵੇਚਿਆ ਜਦੋਂ ਕਿ ਆਪ ਨੇ ਖਰੀਦਣ ਦਾ ਕੰਮ ਕੀਤਾ ਉਹਨੇ ਕਿਹਾ ਕਿ ਮਾਰਚ 2022 ਵਿੱਚ ਅਹੁਦਾ ਸੰਭਾਲਣ ਤੋਂ ਕੁਝ ਮਹੀਨਿਆਂ ਬਾਅਦ ਹੀ ਪਛਵਾੜਾ ਕੋਨ કોલા ખાન તો કોલેની સપ્લાઈ મુવા દીતી ਬਲਵੰਤ ਸਿੰਘ ਰਾਜਵਾਨਾ ਦੇ ਮਾਮਲੇ ਦੀ ਸੁਣਵਾਈ 4 ਹਫ਼ਤਿਆਂ ਲਈ ਮੁਲਤਵੀ ਸੁਪਰੀਮ ਕੋਰਟ ਨੇ ਪੰਜਾਬ ਦੇ ਤਤਕਾਲੀ ਮੌਕਮੰਤਰੀ ਬੀਨ ਸਿੰਘ ਦੀ 1995 ਵਿੱਚ ਕੀਤੀ ਹਤਿਆ ਦੇ ਮਾਮਲੇ 'ਚੋਂ ਫਾਂਸੀ ਦੀ ਸਜ਼ਾ ਜਾਫਤਾ ਬਲਵੰਤ ਸਿੰਘ ਰਾਜਵਾਨਾ ਦੀ ਸਜ਼ਾ 'ਚ ਤਬਦੀਲੀ ਕਰਨ ਦੀ ਮੰਗ ਵਾਲੀ ਪਟੀਸ਼ਨ ਨੂੰ 4 ਹਫ਼ਤਿਆਂ ਲਈ ਮੁਲਤਵੀ ਕਰ ਦਿੱਤਾ ਹੈ ਜਸਟਿਸ ਬੀ ਆਰ ਗਵਈ ਪ੍ਰਸ਼ਾਂਤ ਕੁਮਾਰ ਮਿਸ਼ਰਾ ਤੇ ਕੇਵੀ ਵਿਸ਼ਵਨਾਥਨ ਦੇ ਬੈਂਜ ਨੇ ਕੇਂਦਰ ਸਰਕਾਰ ਦੇ ਕਹਿਣ ਤੋਂ ਬਾਅਦ ਸੁਣਵਾਈ ਮੁਲਤਵੀ ਕੀਤੀ ਹੈ ਏਸੀ ਹੁਣ ਤੱਕ ਦੀਆਂ ਅਪਡੇਟਸ ਮੈਨੂੰ ਆਸਤਿੱਧੁੰਦੇ ਜਾ ਅੱਜ ਸਤਿ ਸ਼੍ਰੀ ਅਕਾਲ